ਜਿਨ੍ਹਾਂ ਅੰਦਰ ਆਜ਼ਾਦੀ ਦਾ ਚਾਹ ਹੁੰਦਾ ਬਾਜੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ ਜਿਨ੍ਹਾਂ ਅੰਦਰ ਆਜ਼ਾਦੀ ਦਾ ਚਾਹ ਹੁੰਦਾ ਬਾਜੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ ਤੋੜ ਟਾਣੀ ਨਾਲੋਂ ਭੁੰਜੇ ਸਿੱਟੋ ਭਾਵੇਂ ਪਰ ਫਿਰ ਵੀ ਮੈਕਣੋਂ ਕਦੇ ਨਹੀਂ ਫੁੱਲ ਜਾਂਦੇ ਸੇਵਾ ਦੇਸ਼ ਦੀ ਕੌਮ ਦੀ ਕਰਨ ਨਵਾਸ ਕਰਨ ਲਈ ਖੂਨ ਲੱਖਾਂ ਸ਼ਹੀਦਾਂ ਦਾ ਡੁੱਲ ਜਾਂਦਾ ਹੈ ਭਗਤ ਸਿੰਘ ਵਰਗੇ ਜਦੋਂ ਜਾਨ ਵਾਰਦੇ ਨੇ ਤੇ ਝੰਡਾ ਉਦੋਂ ਆਜ਼ਾਦੀ ਵਾਲਾ ਤੁੱਲ ਜਾਂਦਾ ਪੰਗਤ ਸਿੰਘ ਵਰਗੇ ਜਦੋਂ ਜਾਨਵਾਰ ਦੇ ਨੇ ਝੰਡਾ ਉਦੋਂ ਆਜ਼ਾਦੀ ਵਾਲਾ ਟਲ ਚੱਲ ਜਾਂਦਾ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਜਿਹਾ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜਦਾਬ ਸਲਾਮ ਹੈਲੋ ਹੈ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਖਾਸ ਸੋਚ ਕਰਕੇ ਕਿ ਲਾਈਵ ਅੱਜ ਦਾ ਪ੍ਰੋਗਰਾਮ ਨਹੀਂ ਹੈ ਤੁਹਾਡੇ ਰੂਬਰੂ ਪਰ ਅੱਜ ਜਿਵੇਂ ਮੈਂ ਸ਼ੇਅਰ ਤੋਂ ਤੁਸੀ ਅੰਦਾਜ਼ਾ ਲਾ ਲਿਆ 23 ਮਾਰਚ ਦਾ ਦੇਣਾ ਜੀ ਅੱਜ 23 ਮਾਰਚ 2023 ਦੇ 23 ਮਾਰਚ 1931 ਨੂੰ ਅਸੀਂ ਹਮੇਸ਼ਾ ਯਾਦ ਰੱਖਦੇ ਆਪਣੇ ਜ਼ਿਹਨ ਦੇ ਵਿੱਚ ਨਾਲ ਨਾਲ 28 ਸਤੰਬਰ 1907 ਨੂੰ ਵੀ ਸਾਡੇ ਜ਼ਿਹਨ ਦੇ ਵਿੱਚ ਤਕਰੀਬਨ ਤਕਰੀਬਨ ਹਰ ਸਮੇਂ ਯਾਦ ਰਹਿੰਦਾ ਜਿਹੜੇ ਵੀ ਮਾੜਾ ਮੋਟਾ ਆਪਣੇ ਦੇਸ਼ ਨੂੰ ਪਿਆਰ ਕਰਦੇ ਨੇ ਬੇਸ਼ੱਕ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਆ ਗਏ ਆ ਪਰ ਆਜ਼ਾਦੀ ਜਿਹੜੀ ਹੈ ਸਾਨੂੰ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਹੀ ਮਿਲੀ ਸੀਗੀ ਸੋ ਅੱਜ ਦਾ ਪ੍ਰੋਗਰਾਮ ਤਕਰੀਬਨ ਤਕਰੀਬਨ ਸਮਰਪਿਤ ਰਹੇਗਾ ਜੀ ਸਰਦਾਰ ਭਗਤ ਸਿੰਘ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਬੜੀ ਮਾਨ ਵਾਲੀ ਗੱਲ ਹੈ ਕਿ ਸਾਨੂੰ ਇਹ ਦਿਹਾੜੇ ਸ਼ਹੀਦੀ ਦਿਹਾੜੇ ਆ ਚਾਹੇ ਜਨਮ ਦਿਹਾੜੇ ਆ ਮਨਾਉਣ ਦਾ ਮੌਕਾ ਮਿਲਦਾ ਔਰ ਅਸੀਂ ਬੜੇ ਉਤਸ਼ਾਹ ਦੇ ਨਾਲ ਮਨਾਉਨੇ ਆ ਜਦੋਂ ਵੀ ਭਗਤ ਸਿੰਘ ਦੀ ਗੱਲ ਚੱਲਦੀ ਆ ਤਾਂ ਹਮੇਸ਼ਾ ਇੱਕ ਮਨ ਦੇ ਵਿੱਚ ਜੋਸ਼ ਖਰੋਸ਼ ਉਹ ਭਰ ਜਾਂਦਾ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਜਦੋਂ ਜਲੰਧਰ ਨੂੰ ਜਾਂਦਾ ਸੀ ਚੰਡੀਗੜ੍ਹੋਂ ਤਾਂ ਨਵੇਂ ਸ਼ਹਿਰ ਦੇ ਅੱਗੇ ਜਿਹੜਾ ਪੈਂਦਾ ਖਟਕੜ ਕਲਾਂ ਭਗਤ ਸਿੰਘ ਜੀ ਦਾ ਬਹੁਤ ਉੱਥੇ ਲੱਗਿਆ ਹੋਇਆ ਆਦਮ ਕੱਦ ਬਹੁਤ ਵੈਸੇ ਵੀ ਛੇਪਟ ਕਦ ਸੀ ਇਹਨਾਂ ਦਾ ਛੋਟਾ ਮੋਟਾ ਕਦ ਨਹੀਂ ਸੀ ਤੇ ਉੱਥੇ ਮੱਲੋ ਮੱਲੀ ਸਲੂਟ ਜਿਹੜਾ ਨਿਕਲਦਾ ਸੀ ਸੋ ਸਲੂਟ ਆ ਜੀ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਸਾਡੇ ਦੇਸ਼ ਦੇ ਸ਼ਹੀਦ ਨੇ ਸਭ ਨੂੰ ਬਹੁਤ ਬਹੁਤ ਸਲੂਟ ਕਰਦੇ ਆ ਤੇ ਨਾਲ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਗੱਲ ਕਰਾਂਗੇ ਕੁਝ ਗੀਤ ਵੀ ਸੁਣਾਵਾਂਗੇ ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਇਸ ਜਿਹੜਾ ਭਗਤ ਸਿੰਘ ਜੀ ਦਾ ਜਨਮ ਜਿਹੜਾ ਉਹ ਹੋਇਆ ਸੀਗਾ ਜੀ ਉਧਰ ਬੰਗਾ ਪਿੰਡ ਪਿੰਦਾ ਲਾਇਲਪੁਰ ਦੇ ਨੇੜੇ ਮੈਂ ਥੋੜੀ ਜਿਹੀ ਆਵਾਜ਼ ਵੀਡੀਓ ਦੀ ਕੱਟ ਕਰ ਲਾਂ ਕਿਉਂਕਿ ਮੈਂ ਨਾਲ-ਨਾਲ ਬੋਲੂੰਗਾ ਬੰਗਾ ਪਿੰਡ ਪੈਂਦਾ ਜੀ ਲਾਇਲਪੁਰ ਉੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਵੈਸੇ ਬਹੁਤ ਸਾਰੇ ਸਾਡੇ ਦੋਸਤ-ਮਿੱਤਰ ਜਿਹੜੇ ਇਤਿਹਾਸਕਾਰ ਕਹਿ ਲੋ ਜਾਂ ਦੋਸਤ-ਮਿੱਤਰ ਕਹਿ ਲੋ ਉਹ ਜਦੋਂ ਇਤਿਹਾਸ ਦੱਸਦੇ ਆ ਤੇ ਪਾਕਿਸਤਾਨ ਦੇ ਵਿੱਚ ਅਜੇ ਵੀ ਅਜੇ ਵੀ ਭਗਤ ਸਿੰਘ ਜੀ ਦਾ ਕਰੇਜ਼ ਭਗਤ ਸਿੰਘ ਜੀ ਦੀ ਹਵੇਲੀ ਜਿਹੜੀ ਹੈ ਉਹ ਸਾਂਭ ਕੇ ਰੱਖੀ ਹੋਈ ਹੈ ਜਦ ਕਿ ਖਟਕੜਕਲਾਂ ਦੇ ਵਿੱਚ ਹੁਣ ਥੋੜਾ ਸਾਫ ਸੰਭਾਲ ਹੋਈ ਹੈ ਨਹੀਂ ਤੇ ਆਪਾਂ ਘਰ ਦੇ ਦੇਖਿਆ ਹੋ ਤੁਸੀਂ ਸਾਡੇ ਦਰਸ਼ਕਾਂ ਨੇ ਤਾਂ ਜ਼ਰੂਰ ਆ ਮਹਿਸੂਸ ਕਰੋਗੇ ਵੀ ਵਾਕਈ ਉੱਥੇ ਸਰਕਾਰਾਂ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਜੇ ਗੱਲ ਕਰੀਏ ਜੀ ਸਰਦਾਰ ਭਗਤ ਸਿੰਘ ਜੀ ਜਿਹੜੇ ਹੈਗੇ ਨੇ ਇਹਨਾਂ ਦਾ ਜਨਮ ਜਿਹੜਾ ਹੈਗਾ ਉਹ ਆਪਾਂ ਨੂੰ ਪਤਾ ਸਾਰਿਆਂ ਨੂੰ ਜਿਵੇਂ ਮੈਂ ਦੱਸਿਆ 27 ਸਤੰਬਰ 1907 ਨੂੰ ਮਾਤਾ ਵਿਦਿਆਵਤੀ ਜੀ ਤੇ ਨਾਲ ਪਿਤਾ ਕਿਸ਼ਨ ਸਿੰਘ ਜੀ ਜਿਹੜੇ ਸੀਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਇਆ ਸੀ ਤੇ ਬਚਪਨ ਤੋਂ ਹੀ ਦੇਸ਼ ਭਗਤੀ ਇਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਬਚਪਨ ਤੋਂ ਹੀ ਇਹ ਪੂਰਾ ਦੇਸ਼ ਭਗਤ ਸੀਗੇ ਜਦੋਂ ਕਹਿੰਦੇ ਵੀ 5 ਕਿਸਾਲਾਂ ਦੇ ਸੀਗੇ। ਪਹਿਲਾਂ ਤਾਂ ਉਸ ਤੋਂ ਪਹਿਲਾਂ ਗੱਲ ਕਰੀਏ ਜਦੋਂ ਜਨਮ ਹੁੰਦਾ 28 ਸਤੰਬਰ 1907 ਨੂੰ ਤਾਂ ਭਗਤ ਸਿੰਘ ਜੀ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ, ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ ਉਹ ਜੇਲਾਂ ਦੇ ਵਿੱਚ ਬੰਦ ਸੀਗੇ। ਜਦੋਂ ਇਹ ਖੁਸ਼ਖਬਰੀ ਕਰੇ ਆਈ ਆ। ਜੇਲਾਂ ਵਿੱਚ ਬੰਦ ਕਿਉਂ ਸੀ? ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ। ਪਗਸ ਸਿੰਘ ਦੇ ਚਾਚਾ ਜੀ ਆਪਾਂ ਪਤਾ ਤੁਹਾਨੂੰ ਜਦੋਂ ਪਗੜੀ ਸੰਭਾਲ ਦੀ ਗੱਲ ਚੱਲਦੀ ਹੈ ਤੇ ਚਾਚਾ ਅਜੀਤ ਸਿੰਘ ਦਾ ਨਾਮ ਆਉਂਦਾ 5 ਸਾਲ ਦੀ ਉਮਰ ਵਿੱਚ ਇਹਨਾਂ ਨੇ ਕਹਿੰਦੇ ਵੀ ਫੇ ਬੰਦੂਕਾਂ ਜਾਂ ਖੇਤਾਂ ਦੇ ਵਿੱਚ ਵੀ ਜਿਹੜੇ ਨਕਲੀ ਖਡਾਉਣੇ ਲੈ ਹੋਣੇ ਕੋਈ ਜਿੱਦਾਂ ਹੁੰਦੇ ਆ ਤੇ ਵੀ ਦੇਸ਼ ਤੇ ਇਹਨਾਂ ਦੇ ਚਾਚੇ ਨੇ ਪੁੱਛਿਆ ਦਾਦਾ ਜੀ ਨੇ ਪੁੱਛਿਆ ਵੀ ਸ਼ਾਇਦ ਕੀ ਕਰਦਾ ਤੂੰ ਇਹ ਕੀ ਕਰਦਾ ਤੇ ਉਹ ਕਹਿੰਦੇ ਵੀ ਮੈਂ ਅਰਜਨ ਸਿੰਘ ਸੀ ਦਾਦਾ ਜੀ ਦਾ ਨਾਂ ਤੇ ਉਹ ਕਹਿੰਦੇ ਵੀ ਮੈਂ ਬੰਦੂਕਾਂ ਤੇ ਪਿਸਤੌਲ ਵੀਰੀਦਾ ਤਾਂ ਕਿ ਜਿਹੜਾ ਅਸੀਂ ਦੇਸ਼ ਨੂੰ ਆਜ਼ਾਦ ਕਰਾ ਸਕੀਏ ਗੋਰਿਆਂ ਦੇ ਕੋਲੋਂ ਅਤਿਆਚਾਰ ਬਹੁਤ ਸੀ ਤੇ ਸਕੂਲਾਂ ਦੇ ਵਿੱਚ ਫਿਰ ਉਹ ਅੰਗਰੇਜ਼ਾਂ ਨੂੰ ਨਫ਼ਰਤ ਕਰਦੇ ਸੀਗੇ ਸ਼ੁਰੂ ਤੋਂ ਹੀ ਫਿਰ ਜਦੋਂ ਪੜ੍ਹਾਈ ਦੀ ਗੱਲ ਆਈ ਤੇ ਉਹਨਾਂ ਨੂੰ ਕਿਹਾ ਵੀ ਤੂੰ ਬ੍ਰਿਟਿਸ਼ ਸਕੂਲ ਜਿਹੜਾ ਲਾਹੌਰ ਦੇ ਵਿੱਚ ਆ ਉਹਦੇ 'ਚ ਦਾਖਲਾ ਲੈ ਲੈ ਤਾਂ ਉਹ ਕਹਿੰਦੇ ਵੀ ਨਹੀਂ ਮੈਂ ਉਹਦੇ 'ਚ ਨਹੀਂ ਪੜ੍ਹਨਾ ਅੰਗਰੇਜ਼ਾਂ ਦੇ ਸਕੂਲ ਦੇ ਵਿੱਚ ਨਹੀਂ ਪੜ੍ਹਨਾ ਤਾਂ ਉਹਨਾਂ ਨੇ ਫਿਰ ਜਿਹੜਾ ਦਇਆਨੰਦ ਵੈਦਿਕ ਹਾਈ ਸਕੂਲ ਸੀਗਾ ਉਹਦੇ 'ਚ ਦਾਖਲਾ ਲਿਆ ਸਕੂਲ ਤੋਂ ਬਾਅਦ 1923 ਦੇ ਵਿੱਚ ਜਦੋਂ ਕਾਲਜ ਗਏ ਨੇ ਤੇ ਕਾਲਜ ਦੇ ਵਿੱਚ ਉਹਨਾਂ ਨੇ ਡਰਾਮਾ ਸ਼ੁਰੂ ਕੀਤਾ ਸੀ ਇੱਕ ਇਹ ਪੂਰਾ ਇਨਕਲਾਬੀ ਡਰਾਮਾ ਜਿਹਦੇ ਨਾਲ ਲੋਕਾਂ ਨੂੰ ਅਵੇਅਰ ਕਰਦੇ ਸੀ ਅਤਿਆਚਾਰ ਦੇ ਖਿਲਾਫ ਆਵਾਜ਼ ਉਠਾਉਂਦੇ ਸੀਗੇ ਅੰਗਰੇਜ਼ਾਂ ਦੇ ਖਿਲਾਫ ਆਵਾਜ਼ ਉਠਾਉਂਦੇ ਸੀਗੇ ਤੇ ਬਹੁਤ ਵੱਡੇ ਪੱਧਰ ਤੇ ਉਹ ਡਰਾਮਾ ਯੂਥ ਦੇ ਵਿੱਚ ਬਹੁਤ ਦੇਖਿਆ ਜਾਂਦਾ ਸੀ ਤੇ ਯੂਥ ਬੜਾ ਉਹ ਤੋਂ ਨਾਲ ਇਹਨਾਂ ਦੇ ਜੁੜਿਆ ਸੀਗਾ ਤੇ ਇਹ ਗੱਲ ਜੇ ਕਰ ਲਈਏ ਜੀ 1919 ਜਲਿਆਂਵਾਲਾ ਬਾਗ ਦੀ ਜਦੋਂ ਗੱਲ ਆਉਂਦੀ ਆ ਜਲੇਵਾਲਾ ਬਾਗ ਦੀ ਜਦੋਂ ਗੱਲ ਹੁੰਦੀ ਆ ਉੱਥੇ ਖੂਨ ਖਰਾਬਾ ਹੁੰਦਾ ਕਿੰਨਾ ਕੁਛ ਹੁੰਦਾ ਸਾਨੂੰ ਪਤਾ ਹੈ ਉਦੋਂ ਕਹਿੰਦੇ ਵੀ ਭਗਤ ਸਿੰਘ ਜਿਹੜੇ ਹੈਗੇ ਨੇ ਉਹ 12 ਕਿਲੋਮੀਟਰ ਪੈਦਲ ਚੱਲ ਕੇ ਅੰਮ੍ਰਿਤਸਰ ਉੱਤੇ ਪਹੁੰਚੇ ਸੀ 12 ਸਾਲ ਦੀ ਉਮਰ ਸੀ ਤੇ ਲਾਸ਼ਾਂ ਦੇਖ ਕੇ ਮਨ ਬੜਾ ਪਛੀਜਿਆ ਉਹਨਾਂ ਨੇ ਉਦੋਂ ਫੈਸਲਾ ਕੀਤਾ ਵੀ ਜਲਿਆਂਵਾਲੇ ਬਾਗ ਦਾ ਬਦਲਾ ਮੈਂ ਲੈਣਾ ਉਥੋਂ ਇੱਕ ਮੁਠੀ ਮਿੱਟੀ ਦੀ ਲੈ ਆਏ ਖੂਨ ਨਾਲ ਲਥਪਥ ਮਿੱਟੀ ਲਾਸ਼ਾਂ ਕੋਈ ਸਕੂਆਂ ਦੇ ਵਿੱਚ ਛਾਲ ਮਾਰ ਰਿਹਾ ਕੋਈ ਕੁਸ਼ ਕਰ ਰਿਹਾ ਤੇ ਇਹਨਾਂ ਦਾ ਮਨ ਇੰਨਾ ਜ਼ਿਆਦਾ ਉਦੋਂ ਪਸੀਜਾ ਇੰਨਾ ਗੁੱਸਾ ਵਧਿਆ ਕਿ ਇਹਨਾਂ ਨੇ ਮਿੱਟੀ ਉਥਲਿਆ ਕਿ ਘਰੇ ਆ ਕੇ ਸੌਂ ਖਾਦੀ ਵੀ ਇਸ ਮਿੱਟੀ ਦਾ ਜਿਹੜਾ ਮੈਂ ਇਹਨੂੰ ਆਜ਼ਾਦੀ ਦਿਵਾਉਣੀ ਹੈ ਅੰਗਰੇਜ਼ਾਂ ਤੋਂ ਬਾਹਰ ਕੱਢ ਕੇ ਹਿਸਾਬ ਲਊਂਗਾ ਇਹ ਕਿਹਾ ਉਹਨਾਂ ਨੇ ਉਸ ਤੋਂ ਬਾਅਦ ਫਿਰ 17 ਦਸੰਬਰ 1928 ਨੂੰ ਸੰਡਰਸ ਨੂੰ ਮਾਰਿਆ ਇਹਨਾਂ ਨੇ ਮਾਰਨਾ ਕਹਿੰਦੇ ਸਕਾਟ ਸੀ ਫਿਰ ਉਸ ਤੋਂ ਬਾਅਦ ਜਿਹੜਾ ਇੱਕ ਹੌਲਦਾਰ ਸੀ ਉਹਦਾ ਪਿੱਛਾ ਕਰਦਾ ਚੰਨਣ ਸਿੰਘ ਉਹਦੀ ਵੀ ਉਹਨੂੰ ਵੀ ਇਹਨਾਂ ਨੇ ਮਾਰਿਆ ਗੋਲੀਆਂ ਨਾਲ ਤੇ ਫਿਰ ਉਸ ਤੋਂ ਬਾਅਦ ਜਦੋਂ 1928 ਦੇ ਵਿੱਚ ਮਜ਼ਦੂਰਾਂ ਦੇ ਖਿਲਾਫ ਇੱਕ ਬਿੱਲ ਪਾਸ ਕਰ ਰਹੀ ਸੀ ਅੰਗਰੇਜ਼ ਸਰਕਾਰ ਜਿਹਦਾ ਮਜ਼ਦੂਰਾਂ ਨੂੰ ਬੜਾ ਵੱਡਾ ਨੁਕਸਾਨ ਹੋਣਾ ਸੀ ਤੇ ਉਦੋਂ ਫਿਰ ਭਗਤ ਸਿੰਘ ਤੇ ਬਖਸ਼ ਬਖਸ਼ ਇੱਕ ਵਾਰ ਦੱਤ ਇਹਨਾਂ ਦੋਹਾਂ ਨੇ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਚਲਾਇਆ ਸੀ ਬੰਬ ਸੀ ਉਹਨਾਂ ਨੂੰ ਆਵਾਜ਼ ਸੁਣਾਉਣ ਵਾਸਤੇ ਨਾ ਕਿ ਬੰਬ ਦੇ ਵਿੱਚ ਕੋਈ ਬੜੀ ਤਾਕਤ ਸੀ ਨਾ ਬਰੂਸੀ ਵਾਲਾ ਸਿਰਫ ਆਵਾਜ਼ ਉਹਦੀ ਜ਼ਿਆਦਾ ਸੀ ਤੇ ਉਹ ਕਰਿਆ ਤੇ ਉਦੋਂ ਬਾਅਦ ਫਟ ਲਿਆ ਤੇ ਜੇਲ ਚਲ ਗਏ ਅਰੈਸਟ ਹੋ ਗਏ ਸੀ ਆਪੇ ਹੀ ਕਹਿੰਦੇ ਤੇ ਉਸ ਤੋਂ ਬਾਅਦ ਇਹ ਕਹਿੰਦੇ ਵੀ ਇਹ ਜੇਲ ਜਦੋਂ ਗਏ ਦੇਖਿਆ ਜੇਲ ਦੀ ਬਹੁਤ ਬੁਰੀ ਹਾਲਤ ਆ 2 ਮਹੀਨੇ ਭੁਖੜਤਾਰ ਰੱਖੀ ਦਨੇ ਤੇ ਫਿਰ ਜੇਲ ਅਧਿਕਾਰੀਆਂ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਮਤਲਬ ਕਿ ਜੇਲ ਦੇ ਹਾਲਾਤ ਵੀ ਸੁਧਾਰੇ ਕੈਦੀਆਂ ਦੀ ਵੀ ਗੱਲ ਸੁਣੀ ਸੋ ਇਹ ਸਾਰੀਆਂ ਗੱਲਾਂ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੀ ਹੈ ਕਿ ਜਿਲ੍ਹਾਂ ਦੇ ਵਿੱਚ ਫਿਰ ਇਹਨਾਂ ਦਾ ਕੀ ਹਾਲ ਹੋਇਆ 1931 ਦੇ ਵਿੱਚ ਇਹਨਾਂ ਨੂੰ ਫਿਰ ਫਾਂਸੀ ਦੇ ਦਿੱਤੀ ਗਈ ਸੀਗੀ ਔਰ ਨਾਲ ਦੀ ਨਾਲ ਜੇਲ੍ਹਾਂ ਦੀ ਵੀ ਗੱਲ ਕਰ ਲਈਏ ਤੇ ਉੱਥੇ ਕਿਤਾਬਾਂ ਪੜ੍ਹਨ ਦਾ ਇਹਨਾਂ ਨੂੰ ਬਹੁਤ ਸ਼ੌਕ ਸੀਗਾ ਤੇ ਇਹ ਕਹਿੰਦੇ ਸੀ ਆਪਣੇ ਮਿੱਤਰ ਪ੍ਰਾਨਨਾਥ ਮਹਿਤਾ ਸੀਗਾ ਜੀ ਵਕੀਲ ਵੀ ਸੀ ਇਹਨਾਂ ਦਾ ਮਿੱਤਰ ਵੀ ਸੀ ਪ੍ਰਾਨਾ ਤੇ ਉਹਨੂੰ ਕਹਿੰਦੇ ਵੀ ਮੇਰੇ ਲਈ ਕਿਤਾਬਾਂ ਲੈ ਕੇ ਆਇਆ ਕਰ ਜਦੋਂ ਮਿਲਣਗੇ ਤਾਂ ਪਹਿਲਾ ਸਵਾਲ ਇਹ ਸੀ ਵੀ ਮੇਰੀਆਂ ਕਿਤਾਬਾਂ ਲਿਆਇਆ ਤੂੰ ਉਹ ਕਹਿੰਦਾ ਜੀ ਕਿਤਾਬਾਂ ਮੈਂ ਲੈ ਕੇ ਆਇਆ ਕਿਤਾਬਾਂ ਲੈ ਕੇ ਆਏ ਸੀਗੇ ਪਗਤ ਸਿੰਘ ਜੀ ਰਾਜਗੁਰੂ ਸੁਖਦੇਵ ਜੀ ਸਾਨੂੰ ਪਤਾ ਹੈ ਅਸੀਂ ਸਾਰੇ ਜਾਣਦੇ ਹਾਂ ਚੰਗੀ ਤਰ੍ਹਾਂ ਕਿ ਉਹਨਾਂ ਦੀ ਕੁਰਬਾਨੀ ਸਾਡੇ ਦੇਸ਼ ਵਾਸਤੇ ਕਿੰਨੀ ਹੈ ਪਰ ਇਹਦੇ ਵਾਸਤੇ ਜਿਹੜਿਆ ਉਹਨਾਂ ਨੇ ਲੜਾਈ ਲੜੀ ਹੈ ਸਾਡੇ ਦਿਮਾਗ ਦੇ ਵਿੱਚ ਵੈਸੇ ਹੀ ਬੈਠਾ ਹੋਇਆ ਕਿ ਪਗਤ ਸਿੰਘ ਜੀ ਸ਼ਾਇਦ ਉਹ ਬੰਦੂਕਾਂੇ ਚੱਕੀ ਫਿਰਦੇ ਸੀ ਸਰ ਮਿਲੇ ਬਹੁਤ ਕਿਤਾਬਾਂ ਦਾ ਕੀੜਾ ਕੀੜਾ ਸੀਗੇ ਉਹ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਚ ਇੱਕ ਮੈਂ ਨਾਸਤਿਕ ਕਿਉਂ ਹਾਂ ਇਹ ਦੱਸਿਆ ਵੀ ਮੈਂ ਨਾਸਤਿਕ ਕਿਉਂ ਹਾਂ ਕਤਾਬਾਂ ਦੀ ਗੱਲ ਕਰੀਏ ਤੇ ਪ੍ਰਾਨਨਾਥ ਮਹਿਤਾ ਦੀ ਪਹਿਲਾਂ ਮੈਂ ਗੱਲ ਕੀਤੀ ਆ ਤੇ ਉਹ ਕਤਾਬਾਂ ਜੋ ਲੈ ਕੇ ਆਉਂਦੇ ਸੀਗੇ ਤੇ ਉਸ ਤੋਂ ਬਾਅਦ ਪੜ੍ਹਦੇ ਸੀਗੇ ਤੇ ਫਾਂਸੀ ਤੋਂ ਥੋੜੀ ਦੇਰ ਪਹਿਲਾਂ ਵੀ ਕਿਹਾ ਇਹ ਜਾਂਦਾ ਕਿ ਜਦੋਂ ਜੇਲਰ ਨੇ ਕਿਹਾ ਵੀ ਚਲੋ ਫਾਂਸੀ ਆਪਾਂ ਨੂੰ ਪਤਾ ਸਾਰਿਆਂ ਨੂੰ ਇਤਿਹਾਸ ਕਿ 24 ਮਾਰਚ 1931 ਨੂੰ ਦੇਣੀ ਸੀ ਫਾਂਸੀ ਸਵੇਰੇ 7:30 ਵਜੇ ਪਰ ਅੰਗਰੇਜ਼ਾਂ ਨੇ ਇਸ ਡਰੋਂ ਕਿ ਸ਼ਾਇਦ ਪਤਾ ਨਹੀਂ ਕੀ ਬਹੁਤ ਜ਼ਿਆਦਾ ਡਰਦੇ ਸੀਗੇ ਵੀ ਉਹ ਪਤਾ ਨਹੀਂ ਸਾਨੂੰ ਮੁੜ ਕੇ ਜੇਲਾਂ ਤੇ ਕਬਜ਼ਾ ਨਾ ਹੋਏ ਜਾਂ ਕੁਝ ਨਾ ਹੋ ਜਾਏ ਤੇ ਉਸ ਡਰ ਤੋਂ ਉਹਨਾਂ ਨੇ ਇੱਕ ਰਾਤ ਪਹਿਲਾਂ ਯਾਨੀ ਕਿ 7:33 ਤੇ 23 ਮਾਰਚ ਨੂੰ 7:33 ਤੇ ਸ਼ਾਮ ਨੂੰ ਇਹਨਾਂ ਤਿੰਨੇ ਯੋਧਿਆਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਭਗਤ ਸਿੰਘ ਦੀ ਉਮਰ ਉਦੋਂ ਸਾਰੀ 23 ਸਾਲ 5 ਮਹੀਨੇ ਤੇ 23 ਦਿਨ ਸੀਗੀ ਜਦੋਂ ਇਹਨਾਂ ਨੂੰ ਫਾਂਸੀ ਇਹ ਦਿੱਤੀ ਗਈ ਹੈ। ਮੈਂ ਗੱਲ ਕਰਦਾ ਸੀ ਵੀ ਜੇਲ੍ਹਰ ਨੇ ਜਦੋਂ ਕਿਹਾ ਵੀ ਪਾਈ ਚਲੋ ਵੀ ਭਗਤ ਸਿੰਘ ਤੁਹਾਨੂੰ ਫਾਂਸੀ ਦਾ ਸਮਾਂ ਹੋ ਗਿਆ ਤੇ ਉਦੋਂ ਕਹਿੰਦੇ ਉਹ ਲੈਨਨ ਦੀ ਕਿਤਾਬ ਪੜ੍ਹ ਰਹੇ ਸੀਗੇ। ਲੈਨਨ ਦੀ ਕਿਤਾਬ ਪੜ੍ਹ ਰਹੇ ਸੀ ਤੇ ਉਹਨਾਂ ਨੇ ਕਿਹਾ ਵੀ ਜੇਲ੍ਹਰ ਸਾਹਿਬ ਰੁਕੋ ਇੱਕ ਇਨਕਲਾਬੀ ਦੂਜੇ ਇਨਕਲਾਬੀ ਨਾਲ ਗੱਲ ਕਰ ਰਿਹਾ ਮੈਨੂੰ ਥੋੜਾ ਜਿਹਾ ਸਮਾਂ ਦਿਓ ਤੇ ਕਿਤਾਬ ਪੜ੍ਹ ਕੇ ਵਰਕਾ ਮੋੜ ਕੇ ਕਿਤਾਬ ਦਾ ਤੇ ਉਹ ਫਿਰ ਚੁੱਪਚਾਪ ਨਾਲ ਤੁਰ ਪਏ ਸੀਗੇ ਜੇਲਰ ਦੇ ਤੇ ਅੱਛਾ ਅਸੀਂ ਵੱਖ-ਵੱਖ ਤਰੀਕਿਆਂ ਨਾਲ ਯਾਦ ਕਰਦੇ ਆ ਭਗਤ ਸਿੰਘ ਜੀ ਨੂੰ ਸਰਕਾਰ ਆਪਣੇ ਤਰੀਕੇ ਨਾਲ ਕਰਦੀ ਆ ਪਹਿਲਾਂ ਹੁਣ ਸਰਕਾਰ ਹੋ ਸਕਦਾ ਦਿਨੋਂ ਥੋੜਾ ਬਹੁਤ ਕਰਦੀ ਹੋਵੇ ਕਿਉਂਕਿ ਪਹਿਲਾਂ ਮੁੱਖ ਮੰਤਰੀ ਕਾਫੀ ਗਾਣੇ ਗੁਣੇ ਉਹਨਾਂ ਦਾ ਵੀ ਆਏ ਆ ਤੇਰੀ ਕੁਰਬਾਨੀ ਦਾ ਭਗਤਿਆਂ ਕੌਡੀ ਮੁੱਲ ਨਹੀਂ ਪਾਇਆ ਤੇ ਹੁਣ ਸ਼ਾਇਦ ਉਹਨਾਂ ਦੀ ਸੋਚ ਦੀ ਫੋਟੋ ਉਹਨਾਂ ਨੇ ਲਾਈ ਆ ਉਹਨਾਂ ਨੇ ਸਾਰੇ ਦਫ਼ਤਰਾਂ ਦੇ ਵਿੱਚ ਸੀਐਮ ਆਫਿਸ ਦੇ ਵਿੱਚ ਵੀ ਸਾਰੀ ਫੋਟੋਆਂ ਉਹਨਾਂ ਦੀਆਂ ਲੱਗੀਆਂ ਹੋਈਆਂ ਨੇ ਚਲੋ ਫੋਟੋਆਂ ਤੋਂ ਇਲਾਵਾ ਹੌਲੀ-ਹੌਲੀ ਸੋਚ ਵੀ ਜੇ ਅਪਣਾ ਲੈਣ ਤੇ ਬੜੀ ਵਧੀਆ ਗੱਲ ਹੈ ਭਗਤ ਸਿੰਘ ਜੀ ਦੀ ਗੱਲ ਕਰਦੇ ਜੀ ਉਹਦੀ ਸੋਚ ਦੀ ਆਪਾਂ ਗੱਲ ਕਰੀਦਾ ਵੀ ਕੀ ਭਗਤ ਸਿੰਘ ਨੇ ਇਹ ਸੋਚਿਆ ਸੀ ਇਸ ਤਰ੍ਹਾਂ ਦਾ ਪੰਜਾਬ ਕੇ ਵੀ ਸਾਨੂੰ ਆ ਆ ਵੀ ਟੋਟੇ ਹੋ ਜਾਣ ਉਹ ਵੀ ਟੋਟੇ ਹੋ ਜਾਣ ਜਾਂ ਭਗਤ ਸਿੰਘ ਦੇ ਉਹ ਤਾਂ ਕਹਿੰਦੇ ਸੀ ਵੀ ਬਰਾਬਰੀ ਹੋਵੇ ਹਰ ਬੰਦੇ 'ਚ ਬਰਾਬਰੀ ਹੋਵੇ ਮਜ਼ਦੂਰਾਂ ਨੂੰ ਹੱਕ ਮਿਲੇ ਉਹਨਾਂ ਦਾ ਤੇ ਬਾਕੀ ਜਿਹੜਾ ਸਿਸਟਮ ਹੈਗਾ ਮੁਲਕ ਦਾ ਉਹ ਇੱਕ ਵਧੀਆ ਤਰੀਕੇ ਨਾਲ ਚੱਲੇ ਤੇ ਖਟਕੜਕਲਾਂ ਸਾਹਿਬ ਦਾ ਆਪਾਂ ਜਾਣਦੇ ਆ ਉੱਥੇ ਯਾਦ ਕਰਦੇ ਵੈਸੇ 1931 ਦੇ ਵਿੱਚ ਇਹਨਾਂ ਦੀ ਫਾਂਸੀ ਹੁੰਦੀ ਆ ਸ਼ਹੀਦੀ ਹੁੰਦੀ ਆ ਤੇ 1947 ਦੇ ਵਿੱਚ ਉਹ ਬਾਅਦ ਦੇ ਵਿੱਚ ਖਟਕੜਕਲਾਂ ਇਧਰ ਬੰਗੇ ਕੋਲੇ ਆਏ ਸੀ ਉਹਨਾਂ ਦੇ ਪੇਰੈਂਟ ਸਾਰੇ ਜਿਹੜੇ ਬਾਕੀ ਸੀਗੇ ਭੈਣ ਸੀ ਪਰਾ ਸੀਗੇ ਉਹ ਸਾਰੇ ਇੱਥੇ ਆਏ ਸੀ ਤੇ ਪਗਤ ਸਿੰਘ ਕਿਆ ਇਹ ਜਾਂਦਾ ਕਿ ਭਗਤ ਸਿੰਘ ਇਸ ਪੰਜਾਬ ਦੇ ਵਿੱਚ ਉਹ ਨਹੀਂ ਸੀ ਆਏ ਉਹਨਾਂ ਨੇ ਉੱਥੇ ਲਾਹੌਰ ਤੇ ਉੱਥੇ ਹੀ ਸਾਰੀਆਂ ਉਹਨਾਂ ਨੇ ਅਚੀਦੀਆਂ ਜਿਹੜੀਆਂ ਪਾਈਆਂ ਕਿ ਉੱਥੇ ਹੀ ਗਤੀਵਿਧੀਆਂ ਉਹਨਾਂ ਦੀਆਂ ਸਾਰੀਆਂ ਸੀਗੀਆਂ ਵੈਸੇ ਮੈਨੂੰ ਸੁਭਾਗ ਪ੍ਰਾਪਤ ਹੋਇਆ ਭਗਤ ਸਿੰਘ ਉਹਨਾਂ ਦੇ ਚਾਚਾ ਜੀ ਹੁਣ ਮਿਲਣ ਦਾ ਉਹ ਇੱਥੇ ਖਟਕੜਕ ਲਈਆ ਕਰੈਲੀ ਦੇ ਵਿੱਚ ਸੀਗੇ ਕਾਫੀ ਧੇਰ ਪੁਰਾਣੀਆਂ ਸਵਾ 6 ਫੁੱਟ ਸਾਢੇ 6 ਫੁੱਟ ਕੱਦ ਹੋਣਾ ਬੜੀ ਰੋਬਦਾਬ ਸੀ ਮੈਂ ਬੜਾ ਮਨ ਖੁਸ਼ ਹੋਇਆ ਵੀ ਸ਼ਾਇਦ ਭਗਤ ਸਿੰਘ ਜੀ ਦੇ ਦਰਸ਼ਨ ਕਰ ਲਏ ਆ ਉਹਨਾਂ ਦੇ ਭਰਾ ਦੇ ਜ਼ਰੀਏ ਇਹ ਉਹ ਵੀ ਬਿਲਕੁਲ ਭਗਤ ਸਿੰਘ ਵੀ ਇਦਾਂ ਦੇ ਹੋਣਗੇ ਬੜੇ ਸੋਹਣੇ ਸੁਨੱਖੇ ਉੱਚੇ ਲੰਮੇ ਫੇ ਉਹਨਾਂ ਦਾ ਭਤੀਜਾ ਜਿਹੜਾ ਹੈਗਾ ਅਜੇ ਸੰਧੂ ਜਾਣਦੇ ਹੋਣੇ ਆ ਬਾਅਦ ਦੇ ਵਿੱਚ ਉਹ ਭਤੀਜਾ ਉਹਨਾਂ ਦਾ ਪੋਲਿਟਿਕਸ ਦੇ ਵਿੱਚ ਆਏ ਸੀ ਪੋਲਿਟਿਕਸ ਦੇ ਵਿੱਚ ਆਏ ਸੀ ਪੀਪਲਜ਼ ਪਾਰਟੀ ਆਫ ਪੰਜਾਬ ਵੇਲੇ ਤੇ ਭਗਵੰਤ ਮਾਨ ਹੁਣੀ ਸੀ ਅਸੀਂ ਵੀ ਸਾਰੇ ਉਦੋਂ ਇਕੱਠੇ ਉਹਨਾਂ ਦੇ ਘਰ ਜਾਣ ਦਾ ਵੀ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਬਾਲੇ ਸ਼ਰੀਫ ਸ਼ਰੀਫ ਬੰਦੇ ਦਾ ਵੀ ਰਾਜਨੀਤੀ 'ਚ ਕੰਮ ਹੈ ਨਹੀਂ ਬਾਲੇ ਸ਼ਰੀਫ ਸੀ ਬਹੁਤ ਜ਼ਿਆਦਾ ਸ਼ਰੀਫ ਸੀ ਤੇ ਉਹ ਰਾਜਨੀਤੀ ਚ ਉਸ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ ਲੋਕਾਂ ਨੇ ਵੀ ਇਹ ਸੋਚ ਕੇ ਉਹਨਾਂ ਨੂੰ ਇਹੀ ਸੋਚ ਕੇ ਵੋਟ ਪਾਣ ਦੇ ਵੀ ਭਗਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਪਰ ਐਸਾ ਕੁਝ ਨਹੀਂ ਹੋਇਆ ਤੇ ਉਹਦੋਂ ਹਾਰ ਗਏ ਸੀਗੇ ਤੇ ਬਾਅਦ ਦੇ ਵਿੱਚ ਇਹ ਫਿਰ ਰਾਜਨੀਤੀ ਤੋਂ ਪਿੱਛੇ ਹਟ ਗਏ ਸੀਗੇ ਪਿੱਛੇ ਜੇ ਫਿਰ ਇਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀਗੀ ਤੇ ਉਹਦੋਂ ਬਾਅਦ ਤਾਂ ਫਿਰ ਬਿਲਕੁਲ ਹੀ ਇਹ ਸਾਰਿਆਂ ਨਾਲੋਂ ਹੀ ਟੁੱਟ ਗਏ ਸੀਗੇ ਤੇ ਉਮੀਦ ਕਰਦਾ ਜੀ ਇਹ ਪ੍ਰੋਗਰਾਮ ਜਿਹੜਾ ਭਗਤ ਸਿੰਘ ਜੀ ਵਾਲਾ ਹੈਗਾ ਤੁਹਾਨੂੰ ਠੀਕ ਲੱਗਿਆ ਹੋਊਗਾ ਤੇ ਨਾਲ ਨਾਲ ਅਸੀਂ ਉਮੀਦ ਵੀ ਇਹੀ ਕਰਦੇ ਆ ਬੇਨਤੀ ਵੀ ਇਹੀ ਕਰਦੇ ਆ ਕਿ ਬਿਲਕੁਲ ਜੀ ਉਹਨਾਂ ਦੀ ਸੋਚ ਤੇ ਪਣਾਉਣਾ ਚਾਹੀਦਾ ਸੀ ਟੀ-ਸ਼ਰਟ ਵੀ ਪਾ ਲੈਣੇ ਆ ਮੋਟਰਸਾਈਕਲ ਦੇ ਪਿੱਛੇ ਵੀ ਲਿਖਾ ਲੈਣੇ ਆ ਲੱਗਦਾ ਫੇਰ ਆਉਣਾ ਪਊ ਅੰਗਰੇਜ਼ ਖੰਗੇ ਸੀ ਤਾਂ ਟੰਗੇ ਸੀ ਤੇ ਇੱਕ ਹਾਂ ਸਭ ਤੋਂ ਵਧੀਆ ਗੱਲ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਸੀ ਸੈਸ਼ਨ ਦੇ ਵਿੱਚ ਵਿਧਾਨ ਸਭਾ ਚ ਉਹ ਮਜ਼ਰੂਰ ਸਾਂਝੀ ਕਰਨੀ ਚਾਹਣਾ ਉਹ ਐਸੀ ਕਿ ਕਹਿੰਦੇ ਭਗਤ ਸਿੰਘ ਗਏ ਜਦੋਂ ਚੰਦਰਸ਼ੇਖਰ ਯਾਦ ਕੋਲੇ ਤੇ ਮੈਂ ਵੀ ਆਜ਼ਾਦੀ ਲਈ ਲੜਨਾ ਮੈਂ ਮਰਨਾ ਤੇ ਉਹ ਕਹਿੰਦੇ ਵੀ ਤੇ ਤੇ ਦਮ ਹੈਗਾ ਉਹ ਕਹਿੰਦੇ ਹਾਂ ਹੈਗਾ ਮੈਂ ਤਾਂ ਐਂ ਕਰ ਦੂੰ ਜੋ ਕਰ ਦੂੰ ਮੈਂ ਮਾਰਿਆ ਵੀ ਅੰਗਰੇਜ਼ਾਂ ਨੂੰ ਉਹ ਕਹਿੰਦੇ ਤੇ ਉਹ ਕਹਿੰਦਾ ਵੀ ਇੱਕ ਲੁੱਟ ਕਰਨੀ ਆ ਬਹੁਤ सेठ ਹੈ ਲੋਕਾਂ ਨੂੰ ਲੁੱਟ ਲੁੱਟ ਕੇ ਪੈਸਾ ਉਹਨੇ ਲਿਆ ਵਾ ਤੇ ਆ ਪਿਸਤੌਲ ਲੈ ਜਾ ਉਹਦੇ ਕੋਲੋਂ ਲੁੱਟ ਕੇ ਲਿਆਓ ਚਲੇ ਗਏ ਤੇ ਜਦੋਂ ਕੁੜਪੜੀ ਤੇ ਰੱਖੀ ਕਹਿੰਦੇ ਉਹ ਲਾਲੇ ਦੀ ਪਿਸਤੌਲ ਜਿਹੜਾ ਵੀ सेठ सूट ਸੀਗਾ ਤੇ ਭਗਤ ਸਿੰਘ ਦੇ ਹੱਥ ਇਦਾਂ ਕੰਬੀ ਜਾਣ ਤੇ ਨਾਲ ਦੇ ਬੰਦੇ ਨੇ ਆ ਕੇ ਚੰਦਰ ਸ਼ਕਰ ਯਾਦ ਨੂੰ ਦੱਸਿਆ ਵੀ ਪਾਈ ਉਹ ਤਾਂ ਗੋਲੀ ਮਾਰਨ ਲੱਗੇ ਤੇ ਹੱਥ ਕੰਬੀ ਗਏ ਦੇ ਚੰਦਰ ਸ਼ਕਰ ਯਾਦ ਨੇ ਕਹਿੰਦੇ ਪੁੱਛਿਆ ਵੀ ਵਾਕਿਆ ਹੀ ਹੱਥ ਕੰਬਦੇ ਸੀ ਉਹ ਕਹਿੰਦੇ ਵੀ ਹਾਂ ਕੰਬਦੇ ਸੀ ਉਹ ਕਹਿੰਦੇ ਤੂੰ ਕਿੰਨਾ ਹੱਥ ਤੇਰੇ ਇੱਥੇ ਪਹਿਲੀ ਵਾਰੀ ਕੰਬਣ ਲੱਪੇ ਆਜ਼ਾਦੀ ਕਿੱਥੋਂ ਦਵਾਵਾਂਗਾ ਲੋਕ ਕਿਦਾਂ ਲੋਹਾ ਲਾਉਂਗੇ ਅੰਗਰੇਜ਼ਾਂ ਨਾਲ ਉੱਥੇ ਤੇਰੇ ਹੱਥ ਕੰਬੀਗੇ ਤੇ ਫਿਰ ਕੀ ਕਰੇਗਾ ਤੇ ਉਹ ਕਹਿੰਦਾ ਨਹੀਂ ਜੀ ਐਸੀ ਗੱਲ ਨਹੀਂ ਅੰਗਰੇਜ਼ ਮੇਰੇ ਕੋ ਜਿੰਨੇ ਮਰਜੀ ਮਰਵਾ ਲਓ ਪਰ ਆਪਣਾ ਜਿਹੜਾ ਹੈ ਆਪਣੇ ਤੋਂ ਭਾਵੇਂ ਵੀ ਭਾਰਤੀ ਹੈ ਉਹਦੇ ਤੇ ਗੋਲੀ ਨਹੀਂ ਚੱਲਦੀ ਉੱਤੇ ਮੇਰਾ ਹੱਥ ਨਹੀਂ ਔੜਦਾ ਗੋਰੇ ਜਿੰਨੇ ਮਰਜੀ ਮਰਵਾ ਲਓ ਤੇ ਦੂਜਾ ਇਹ ਆ ਫਾਂਸੀ ਵੇਲੇ ਆਪਾਂ ਨੂੰ ਪਤਾ ਹੈ ਕਿ ਗੋਰਿਆਂ ਨੇ ਕਿਹਾ ਵੀ ਭਾਈ ਤੂੰ ਅਗਰ ਮਾਫੀ ਮੰਗ ਲਓ ਤਾਂ ਅਸੀਂ ਤੁਹਾਨੂੰ ਮਾਫ ਕਰ ਸਕਦੇ ਆ ਤੁਹਾਡੀ ਫਾਂਸੀ ਦੀ ਸਜ਼ਾ ਵੀ ਮਾਫ ਕਰ ਸਕਦੇ ਪਰ ਉਹ ਯੋਦਾ ਐਸਾ ਸੀ ਕਿ ਫਾਂਸੀ ਮਾਫੀ ਨਹੀਂ ਲਈ ਉਹਨਾਂ ਨੇ ਫਾਂਸੀ ਲਈ ਆ ਫਾਂਸੀ ਦੇ ਰਸਤੇ ਚੁਮੇ ਆ ਸੋ ਅੱਜ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ ਤਾਂ ਹੀ ਕਹਿੰਦੇ ਨੇ ਨਾ ਜੀ ਮੜੀਆਂ ਤੇ ਮੇਲੇ ਲੱਗਦੇ ਨੇ ਸ਼ਹੀਦਾਂ ਦੀਆਂ ਯਾਦ ਕੀਤਾ ਜਾਂਦਾ ਦੀਵੇ ਜਗਦੇ ਨੇ ਬਹੁਤ ਤਰੀਕਿਆਂ ਨਾਲ ਸੋ ਉਮੀਦ ਕਰਦਾ ਇਹ ਪ੍ਰੋਗਰਾਮ ਤੁਹਾਨੂੰ ਠੀਕ ਲੱਗਿਆ ਹੋ